ਇਨਫਰਮੇਸ਼ਨ ਆਈ ਵੀ ਦੋ ਟਰੱਕ ਇੱਕ ਸੋਨਾ ਲਿਗਾ ਟਰੈਕਟਰ ਟਰਾਲੀ ਜਿਹੜੇ ਆ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਸਿੰਘ ਹਰਮੋਨ ਸਿੰਘ ਔਰ ਜਗਜੀਤ ਸਿੰਘ ਜਿਹੜੇ ਆ ਔਰ ਉਹਨਾਂ ਦਾ ਇੱਕ ਸਾਥੀ ਜਿਹੜਾ ਹੈ ਚਾਰੇ ਜਣੇ ਫੀਮ ਲੈ ਕੇ ਆ ਰਹੇ ਨੇ ਅਗਰ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਤਾਂ ਰਿਕਵਰ ਹੋ ਸਕਦੀ ਹੈ ਫਰਤ ਵੀ ਕਿਲੋ ਟਰੱਕ ਤੋਂ 33 ਕਿਲੋ ਜਿਹੜੀ ਐ ਸੋਨਾ ਲਿਗਾ ਜੋ ਟਰੈਕਟਰ ਟਰਾਲੀ ਆ ਉਹਦੇ ਵਿੱਚੋਂ ਫੀਮ ਰਿਕਵਰ ਕਰਕੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਇਹ ਹੈ ਆਪਣਾ ਫੀਮ ਇਹਨੂੰ ਇਮਫਾਲ ਤੋਂ 1,30,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੈ ਕੇ ਆ ਰਹੇ ਸੀ ਔਰ ਚਾਹ ਪੱਤੀ ਦੀਆਂ ਬਿਲਟੀਆਂ ਦੇ ਬਹਾਨੇ ਨਾਲ ਇਹ ਜਿਹੜੀ ਹੈ ਸਪੈਸ਼ਲ ਖਾਣੇ ਬਣਾ ਕੇ ਜੋ ਦੋਨੋਂ ਟਰੱਕਾਂ ਦੇ ਵਿੱਚ ਇਹਨਾਂ ਨੇ ਤੇਲ ਦੀ ਟੈਂਕੀ ਕੋਲ ਬਣਾਏ ਸੀ ਉਹ ਚੁਪਾ ਕੇ ਲੈ ਕੇ ਆਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਸਤੇ ਕਈ ਉਪਰਾਲੇ ਕੀਤੇ ਜਾ ਰਹੇ ਨੇ। ਇਸੇ ਘੜੀ ਦੇ ਵਿੱਚ ਗੁਰਾਇਮ ਪੁਲਿਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਗੁਰਾਇਮ ਪੁਲਿਸ ਨੇ 4 ਵਿਅਕਤੀਆਂ ਨੂੰ 3 ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ। ਇਸੇ ਉੱਤੇ ਗੱਲਬਾਤ ਕਰਨ ਲਈ ਸਰਨਾਮ ਮੌਜੂਦਾ ਐਸਐਸਪੀ ਦਿਹਾਤੀ ਮੁਕੰਦਰ ਸਿੰਘ ਤੁਸੀਂ ਕੀ ਹੈ ਸਾਰਾ ਮਾਮਲਾ? ਇਹ ਅੱਜ ਐਸਐਚਓ ਗੁਰਾਇਆਂ ਸੁਖਦੇਵ ਸਿੰਘ ਹੋਣਾ ਨੇ ਆਪਣੀ ਟੀਮ ਦੇ ਨਾਲ ਜਿਹੜਾ ਫਲੋਰ ਤੋਂ ਜਲੰਧਰ ਰੋਡ ਦੇ ਉੱਪਰ ਕਮਾਲ ਕੇ ੱਡੇ ਤੇ ਨਾਕਾ ਲਗਾਇਆ ਸੀ। ਜਦੋਂ ਇਹਨਾਂ ਕੋਲ ਇਨਫੋਰਮੇਸ਼ਨ ਆਈ ਵੀ 2 ਟਰੱਕ ਇੱਕ ਸੋਨਾਲੀ ਕਾ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਸਿੰਘ ਹਰਮੋਨ ਸਿੰਘ ਔਰ ਜਗਜੀਤ ਸਿੰਘ ਜਿਹੜੇ ਔਰ ਉਹਨਾਂ ਦਾ ਇੱਕ ਸਾਥੀ ਜਿਹੜਾ ਹੈ ਚਾਰੇ ਜਣੇ ਫੀਮ ਲੈ ਕੇ ਆ ਰਹੇ ਨੇ ਅਗਰ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਤਾਂ ਰਿਕਵਰ ਹੋ ਸਕਦੀ ਹੈ ਜੋ ਇਹਨਾਂ ਨੇ ਉੱਥੇ ਨਾਕਾ ਲਗਾਇਆ ਔਰ ਤਿੰਨੋਂ ਵਹੀਕਲ ਜਿਹੜੇ ਆ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਵਿੱਚੋਂ ਅਲੱਗ-ਅਲੱਗ 10 ਕਿਲੋ ਇੱਕ ਟਰੱਕ 'ਚੋਂ 20 ਕਿਲੋ ਇੱਕ ਟਰੱਕ 'ਚੋਂ ਔਰ 33 ਕਿਲੋ ਜਿਹੜੀ ਆ ਸੋਨਾ ਲਿਕਾ ਜੋ ਟਰੈਕਟਰ ਟਰਾਲੀ ਹੈ ਉਹਦੇ ਵਿੱਚੋਂ ਫੀਮ ਰਿਕਵਰ ਕਰਕੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਮੋਡਲੀ ਪੁੱਛ ਕੇ ਇਸ ਤੇ ਪਤਾ ਚੱਲਿਆ ਕਿ ਉਹ ਜਿਹੜੀ ਇਹ ਆਪਣਾ ਫੀਮ ਹੈ ਇਹਨੂੰ ਇਮਫਾਲ ਤੋਂ 1,30,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੈ ਕੇ ਆ ਰਹੇ ਸੀ ਔਰ ਚਾਹ ਪੱਤੀ ਦੀਆਂ ਬਿਲਟੀਆਂ ਦੇ ਬਹਾਨੇ ਨਾਲ ਇਹ ਜਿਹੜੀ ਹੈ ਸਪੈਸ਼ਲ ਖਾਨੇ ਬਣਾ ਕੇ ਜੋ ਦੋ ਦੋਨਾਂ ਟਰੱਕਾਂ ਦੇ ਵਿੱਚ ਇਹਨਾਂ ਨੇ ਤੇਲ ਦੀ ਟੈਂਕੀ ਕੋਲ ਬਣਾਏ ਸੀ ਉਹ ਚੁਸ਼ਪਾ ਕੇ ਲੈ ਕੇ ਆਏ ਸੀ ਔਰ ਦੁਰਾਹਾ ਦੇ ਕੋਲ ਇਹਨਾਂ ਨੇ ਵਿੱਚੋਂ ਅੱਧੀ ਜਿਹੜੀ ਇਹ ਫੀਮ ਹੈ 33 ਕਿਲੋ ਦੇ ਕਰੀਬ ਕੱਢ ਕੇ ਇੱਕ ਟਰੈਕਟਰ ਟਰਾਲੀ ਜਿਹੜੀ ਸੋਨਾ ਲੇਕਾ ਦੇ ਸੀ ਉਹਦੇ ਵਿੱਚ ਇਹਨਾਂ ਨੇ ਦੋਨਾਂ ਟਾਇਰਾਂ 'ਚ ਇੱਕ ਸਪੈਸ਼ਲ ਖਾਨਾ ਬਣਾਇਆ ਸੀ ਉਹਦੇ ਵਿੱਚ ਛਪਾ ਲਈ ਸੀ ਔਰ ਇਹਨੂੰ ਅੰਮ੍ਰਿਤਸਰ ਸਪਲਾਈ ਕਰਨ ਜਾ ਰਹੇ ਸੀ ਜੋ ਰਸਤੇ ਦੇ ਵਿੱਚ ਇਹਨਾਂ ਨੇ ਪਕੜੇ ਗਏ ਨੇ ਔਰ ਇਹਨਾਂ ਦੇ ਜੋ ਹੁਣ ਇਸ ਵਕਤ ਅਰੈਸਟ ਕਰਕੇ ਇਹਨਾਂ ਦੇ ਖਿਲਾਫ 15 ਪੀ ਐਨ ਡੀ ਪੀ ਐਸ ਐਕਟ ਔਰ 31 ए ਐਨ ਡੀ ਪੀ ਐਸ ਐਕਟ ਪਰਚਾ ਦਰਜ ਕੀਤਾ ਆ 31 ए ਐਨ ਡੀ ਪੀ ਐਸ ਜਿਹੜੀ ਐਕਟ ਆ ਇਹ ਧਾਰਾ ਜਿਹੜੀ ਕੋਈ ਪਹਿਲਾਂ ਮਲਜਮ ਜਿਹੜਾ ਸਜ਼ਾ ਹੋ ਚੁੱਕਿਆ ਹੋਵੇ ਔਰ ਫਿਰ ਵੀ ਸਮਗਲਿੰਗ ਕਰਨੋਂ ਨਾ ਹਟੇ ਉਸ ਤੇ ਲਗਾਈ ਜਾਂਦੀ ਹੈ ਔਰ ਅਸੀਂ ਜੋ ਉਸ ਤੇ ਲਗਾਈ ਹੈ ਜਿਹਦੇ ਵਿੱਚ ਕਾਫੀ ਸਖਤ ਸਜ਼ਾ ਹੁੰਦੀ ਹੈ ਔਰ ਇਹਦੇ ਵਿੱਚ ਜਗਜੀਤ ਸਿੰਘ ਜਿਹੜਾ ਆ ਉੱਤਮਾ ਦੱਸਣਾ ਚਾਹੁੰਗਾ ਵੀ ਇਹ 2012 ਦੇ ਵਿੱਚ ਪਟਿਆਲੇ ਪੋਪੀ ਹਸਕ ਤੇ ਫੜਿਆ ਗਿਆ ਸੀ ਜਿਸ ਚ 10 ਸਾਲ ਸਜ਼ਾ ਕੱਟ ਕੇ ਬਾਹਰ ਆਇਆ ਸੀਗਾ ਔਰ ਹੁਣੇ ਦੁਬਾਰਾ ਸਮਗਲਿੰਗ ਸ਼ੁਰੂ ਕਰ ਦਿੱਤੀ ਸੀ ਹਾਂ ਚਾਰੋਂ આરોપીਆਂ ਦੇ ਵਿੱਚ ਆਪਸ ਰਿਸ਼ਤਾ ਕੀ ਹੈ ਇਹ ਜਿਹੜੇ ਗੁਰਪ੍ਰੀਤ ਸਿੰਘ ਤੇ ਉਹਦਾ ਇੱਕ ਫਾਦਰ ਹੈ ਨਾਲ ਨਾਲ ਜਿਹੜਾ ਗੁਰਪ੍ਰੀਤ ਸਿੰਘ ਦਾ ਕਜ਼ਨ ਹੈ ਮੇਨ ਸਮਗਲਰ ਜਿਹੜਾ ਜਗਜੀਤ ਸਿੰਘ ਹੈ ਇਹ ਆਪਸ ਸਾਰੇ ਰਿਸ਼ਤੇਦਾਰੀ ਨੇ ਤੇ ਇਹਨਾਂ ਦਾ ਮਸਟਰ ਮਾਈਂਡ ਕੌਣ ਹੈ ਜਗਜੀਤ ਸਿੰਘ ਉਹ ਜੇ ਬੈਕਗ੍ਰਾਉਂਡ ਦੀ ਗੱਲ ਕਰੀਏ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਹ ਬੈਕਗ੍ਰਾਉਂਡ ਜਿਹੜੇ ਆ ਇਹਨਾਂ ਦੇ ਬਾਰੇ ਅਸੀਂ ਅਜੇ 4 ਘੰਟੇ ਹੋਏ ਇਹਨਾਂ ਨੂੰ ਪਕੜਿਆ ਇਹ ਆਪਸ ਦੇ ਵਿੱਚ ਪਹਿਲਾਂ ਵੀ ਇਹਨਾਂ ਦੇ ਉੱਪਰ ਕੇਸ ਰਜਿਸਟਰ ਨੇ ਸਾਰਿਆਂ ਦੇ ਉੱਪਰ ਇੱਕ ਇੱਕ ਦੋ ਦੋ ਮੁਕਾਦਮੇ ਦਰਜ ਨੇ ਔਰ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਮਾਨਜੋਗ ਅਦਾਲਤ ਤੋਂ ਕੱਲ ਰਿਮਾਂਡ ਲੈ ਕੇ ਮੈਕਸਿਮਮ ਰਿਮਾਂਡ ਲੈ ਕੇ ਉਹਦੀ ਪੁੱਛਗਿੱਛ ਕਰਾਂਗੇ ਇਹਨਾਂ ਨੇ ਪਿੱਛੇ ਵੀ ਜਿੱਥੇ ਵੀ ਸਪਲਾਈ ਦਿੱਤੀ ਸੀਗੀ ਨਹੀਂ ਹਜੇ ਤੱਕ ਜੋ ਇਹਨਾਂ ਦੀ ਪੁੱਛਗਿੱਛ ਆਇਆ ਇਹਨਾਂ ਨੇ ਸਾਰੀ ਦੀ ਸਾਰੀ ਫੀਮ ਜਿਹੜੀ ਆ ਅੰਮ੍ਰਿਤਸਰ ਹੀ ਜਾ ਕੇ ਸਮਗਲ ਸਪਲਾਈ ਕਰਨੀ ਸੀ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਚਾਰ ਦੇ ਚਾਰੂ ਇਹ 2012 ਤੋਂ ਬਾਅਦ ਫੜਿਆ ਗਿਆ ਸੀ ਔਰ 5 ਸਾਲ ਦੀ ਕੈਦ ਕੱਟ ਕੇ ਜਿਹੜੀ ਇਹ ਬਾਹਰ ਪ੍ਰੋਲ ਤੇ ਆਇਆ ਸੀਗਾ ਔਰ ਇਹ ਸਾਰੀ ਅਸੀਂ ਕੁਐਸਚਨਿੰਗ ਕਰਾਂਗੇ ਵੀ ਇਸ ਨੇ ਪਹਿਲਾਂ ਕਿੰਨੇ ਗੇੜੇ ਲਾਏ ਨੇ ਔਰ ਇਹ ਕਿੰਨਵਾ ਗੇੜਾ ਸੀ ਤੇ ਕਿੰਨੀ ਸਪਲਾਈ ਕਰ ਚੁੱਕਿਆ ਇਹ ਕਿੰਨੇ ਦੀ ਉਥੋਂ ਲੈ ਕੇ ਆਂਦੇ ਸੀ ਕਿੰਨੇ ਦੀ ਅੱਗੇ ਸਪਲਾਈ ਦਿੰਦੇ ਸੀਗੇ ਇਹ ਤਕਰੀਬਨ ਜੋ ਇਹਨਾਂ ਨੇ ਦੱਸਿਆ ਹੁਣ 1 ਲੱਖ 30 ਹਜ਼ਾਰ ਰੁਪਏ ਪਰ ਕਿਲੋ ਦੇ ਹਿਸਾਬ ਨਾਲ ਲੈ ਕੇ ਆਂਦੇ ਸੀ ਔਰ 2 ਤੋਂ 2.5 ਲੱਖ ਰੁਪਏ ਜਿਹੜੀ ਇਹਨੂੰ ਅੱਗੇ ਜਿਸ ਤਰ੍ਹਾਂ 63 ਕਿਲੋ ਲੈ ਕੇ ਆਏ ਸੀ ਇਹਦੀ ਇਹਨਾਂ ਤਕਰੀਬਨ 75 ਤੋਂ 80 ਕਿਲੋ ਬਣਾ ਲੈਣੀ ਸੀ ਔਰ 2 ਤੋਂ 2.5 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਵੇਚਣੀ ਸੀ ਜਿਹੜੇ ਵਹੀਕਲ ਤੁਸੀਂ ਜੀ ਇਹਨਾਂ ਕੋਲ ਗਿਫਤਾ ਪਕੜੇ ਹੈਗੇ ਆ ਉਹ ਕਿੰਨਾ ਦਿਨਾਂ ਦੇ ਉੱਤੇ ਉਹ ਸਾਰੀ ਆਰਸੀ ਵਗੈਰਾ ਅਸੀਂ ਲੈ ਰਹੇ ਹਾਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਕੱਲ ਤੱਕ ਸਾਨੂੰ ਸਾਰਾ ਪਤਾ ਲੱਗ ਜਾਏਗਾ ਕਿਸੀ ਐਸਐਸਪੀ ਦਿਹਾਤੀ ਜਿਨ੍ਹਾਂ ਨੇ ਦੱਸਿਆ ਫਿਲਹਾਲ ਚਾਰੋ ਹੀ ਏਰੋਪੀਆ ਨੂੰ ਪਕੜ ਲਿਆ ਹੈ ਕੱਲ ਮਾਨਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਰਿਮਾਨ ਲਿਤਾ ਜਾਏਗਾ ਤਾਂਕਿ ਅਗਲੀ ਕਚਹਿਰੀ ਕੀਤੀ ਜਾਵੇ ਕੈਮਰਾਮੈਨ ਜਤਿੰਦਰ ਨਾਮ ਵਿਨੈਸ਼ ਸ਼ਰਮਾ ਦੈਨਿਸ਼ੁਰਾ ਟੀਵੀ ਜਲੰਧਰ